ਇਨਸਾਫ ਪਸੰਦ ਲੋਕ ਨੇ ਜਿਹੜੇ ਇਮਾਨਦਾਰੀ ਨਾਲ ਆਪਣੇ ਸਮਾਜ ਲਈ ਕੁਛ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਦੁੱਖ ਜ਼ਰੂਰ ਹੋਇਆ ਹੋਊਗਾ। ਪਾਰਟੀ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ, ਸੋ ਅੱਜ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੇ ਲਈ ਅੱਜ ਉਹਨਾਂ ਨੇ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਕੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਗੇ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਨਵੇਂ ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਜਿਹੜੀ ਚਰਚਾ ਸੀਗੀ, ਹੁਣ ਆਰਸੀ ਸਿੰਘ ਨੇ ਜਿਹੜੇ ਉਹ ਨਵੇਂ ਦਿੱਲੀ ਦੇ ਮੁੱਖ ਮੰਤਰੀ ਹੋਣਗੇ, ਕਿਉਂਕਿ ਜੇ ਪਿਛਲੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਆਰਸੀ ਸਿੰਘ ਨੇ ਹੀ ਜਿਹੜਾ ਪਾਰਟੀ ਨੂੰ ਜਿਹੜਾ ਮਜ਼ਬੂਤੀ ਦੇ ਵੱਲ ਲੈ ਕੇ ਗਏ। ਜਦੋਂ ਅਰਵਿੰਦ ਕੇਜਰੀਵਾਲ ਜਿਹੜਾ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਜੇਲ੍ਹ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਜਿਹੜਾ ਬਾਹਰੀ ਰੂਪ ਦੇ ਵਿੱਚ ਪਾਰਟੀ ਨੂੰ ਸੰਭਾਲਿਆ। ਇਸੇ ਮਸਲੇ ਨੂੰ ਲੈ ਕੇ ਸਾਡੇ ਨਾਲ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਜਿਹੜੀ ਦਿੱਲੀ ਦੀ ਰਾਜਨੀਤੀ ਹੈ, ਕਿਉਂਕਿ ਹਰਿਆਣਾ ਦੇ ਵਿੱਚ ਵੀ ਸਾਰੀਆਂ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਸਮੇਂ ਚੋਣਾਂ ਲੜ ਰਹੀ ਹੈ, ਕੀ ਰਣਨੀਤੀ ਹੈ ਸਮੇਂ ਆਮ ਆਦਮੀ ਪਾਰਟੀ? ਸਾਡੇ ਨਰਿੰਦਰ ਕੌਰ ਭਰਾਜ ਨੂੰ ਨਾਲ ਗੱਲ ਕਰਦੇ ਹਾਂ। ਮੈਮ, ਕਿਵੇਂ ਦੇਖਦੇ ਹੋਗੇ, ਕਿਉਂਕਿ ਆਰਸੀ ਸਿੰਘ ਦੇ ਜਿਹੜਾ ਨਾਮ ਦੇ ਉੱਪਰ ਭਰੋਸਾ ਹੈਗਾ ਜਿਹੜਾ ਜਿਤਾਇਆ ਗਿਆ ਹੈਗਾ? ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਆਤਿਸ਼ੀ ਮਾਲੇਨਾ ਜੀ ਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ 'ਤੇ ਮੈਂ ਵਧਾਈ ਦਿੰਦੀ ਹਾਂ। ਔਰ ਅੱਜ ਜਿਨ੍ਹਾਂ ਪਰਿਸਥਿਤੀਆਂ ਦੇ ਵਿੱਚ ਜਿਹੜੇ ਪਾਰਟੀ ਨੇ ਫੈਸਲਾ ਲਿਆ, ਅਰਵਿੰਦ ਕੇਜਰੀਵਾਲ ਜੀ ਨੇ ਜੋ ਪਾਰਟੀ ਨੇ ਜਿਹੜਾ ਫੈਸਲਾ ਲਿਆ, ਸੋ ਬਹੁਤ ਵੱਡਾ ਇੱਕ ਜਿਹੜਾ ਦਲੇਰਾਨਾ ਫੈਸਲਾ ਜਿਹੜਾ ਲਿਆ ਗਿਆ। ਔਰ ਮੈਨੂੰ ਲੱਗਦਾ ਕਿ ਅੱਜ ਜਿਹੜੇ ਵੀ ਇਨਸਾਫ ਪਸੰਦ ਲੋਕ ਨੇ, ਜਿਹੜੇ ਇਮਾਨਦਾਰੀ ਨਾਲ ਆਪਣੇ ਸਮਾਜ ਲਈ ਕੁਛ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਦੁੱਖ ਜ਼ਰੂਰ ਹੋਇਆ ਹੋਊਗਾ ਕਿ ਜਦੋਂ ਕੋਈ ਬੰਦਾ ਇਮਾਨਦਾਰੀ ਦੇ ਨਾਲ ਆਪਣੇ ਲੋਕਾਂ ਲਈ ਆਪਣੇ ਜਦੋਂ ਕੋਈ ਕੰਮ ਕਰਦਾ, ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਅੱਜ ਦਿੱਲੀ ਦੇ ਵਿੱਚ ਜਿਹੜਾ ਕੰਮ ਹੋਇਆ, ਅੱਜ ਸਿਹਤ ਦੇ ਖੇਤਰ ਦੇ ਵਿੱਚ ਅਮੈਰੀਕਾ ਵਰਗੇ ਮੁਲਕ ਆ ਕੇ ਅੱਜ ਉਹਨਾਂ ਨੂੰ ਜਿਹੜਾ ਫੋਲੋ ਕਰਦੇ ਆ, ਸੋ ਬਿਜਲੀ ਪਾਣੀ ਜਿਹੜਾ ਇਹ ਕੰਸੈਪਟ ਜਿਹੜਾ ਆਮ ਲੋਕਾਂ ਦੇ ਜਨ ਜੀਵਨ ਜਿਹੜਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਦੇ ਲਈ ਜਿਹੜਾ ਕੰਮ ਕੀਤਾ, ਸੋ ਉਸ ਇਨਸਾਨ ਦੇ ਉੱਤੇ ਜਦੋਂ ਭਾਜਪਾ ਵਰਗੀਆਂ ਜਿਹੜੀਆਂ ਪਾਰਟੀਆਂ ਨੇ ਜਦੋਂ ਜਿਹੜੀਆਂ ਉਹਨਾਂ ਦੇ ਉੱਤੇ ਜਿਹੜਾ ਚਿੱਕੜ ਸੁੱਟਦੀਆਂ ਨੇ, ਤਾਂ ਅੱਜ ਉਹਨਾਂ ਨੂੰ ਉਸ ਸਥਿਤੀ ਦੇ ਵਿੱਚ ਕਿ ਕੋਈ ਬੰਦਾ ਜਦੋਂ ਆਪਣਾ ਕੋਈ ਅਹੁਦਾ ਨਹੀਂ ਛੱਡਦਾ, ਤੁਸੀਂ ਦੇਖੋ ਪਿੰਡਾਂ ਦੇ ਵਿੱਚ ਆਪਾਂ ਗੱਲ ਕਰ ਲਈ, ਆਪਾਂ ਪੰਚਾਇਤ ਦੀ ਗੱਲ ਕਰ ਲੈਂਦੇ, ਕੋਈ ਪੰਚਾਇਤ ਦੀ ਮੈਂਬਰ ਹੀ ਨਹੀਂ ਛੱਡਦਾ ਹੈਗਾ, ਕੋਈ ਅਸਤੀਫਾ ਨਹੀਂ ਦਿੰਦਾ। ਸੋ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਜੇ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਉਹਦੇ ਪਿੱਛੇ ਕੀ ਕਾਰਨ ਹੈ? ਸੋ ਅੱਜ ਇਹ ਸਾਫ ਕਲੀਅਰ ਆ ਕਿ ਉਹ ਇੱਕ ਇਮਾਨਦਾਰੀ ਨਾਲ ਲੋਕਾਂ ਲਈ ਕੰਮ ਕਰਨ ਵਾਲੇ ਜਿਹੜੇ ਲੀਡਰ ਨੇ, ਸੋ ਅੱਜ ਜਦੋਂ ਇਹ ਪਾਰਟੀ ਉਹਨਾਂ ਦੇ ਉੱਤੇ ਜਿਹੜਾ ਚਿੱਕੜ ਸੁੱਟਦੀਆਂ ਨੇ, ਸੋ ਉਹਨਾਂ ਨੂੰ ਜਿਹੜੇ ਇੱਦਾਂ ਦੇ ਸਰਟੀਫਿਕੇਟ ਜਿਹੜੇ ਦਿੱਤੇ ਜਾ ਰਹੇ ਨੇ, ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਕਿਸੇ ਪਾਰਟੀ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ, ਸੋ ਅੱਜ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੇ ਲਈ ਅੱਜ ਉਹਨਾਂ ਨੇ ਜਿਹੜਾ ਮੁੱਖ ਮੰਤਰੀ ਦੇ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਕੇ ਅੱਜ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣਗੇ, ਅਤੇ ਲੋਕ ਫੈਸਲਾ ਕਰਨਗੇ ਕਿ ਅਰਵਿੰਦ ਕੇਜਰੀਵਾਲ ਜੀ ਇਮਾਨਦਾਰ ਨੇ ਜਾਂ ਬੇਈਮਾਨ ਨੇ, ਸੋ ਇਹਦਾ ਫੈਸਲਾ ਦਿੱਲੀ ਦੇ ਜਿਹੜੇ ਲੋਕ ਜਿਹੜੇ। ਪਰ ਜੇ ਗੱਲ ਕਰੀ ਜਾਵੇ ਜਿਹੜੀ ਦਿੱਲੀ ਦੀ ਰਾਜਨੀਤੀ ਹੈ, ਜਿਹੜਾ ਰਾਜਨੀਤਿਕ ਦੁਹਰਾਅ ਹੈ, ਦੂਸਰੀ ਵਾਰ ਦੇਖਣ ਨੂੰ ਮਿਲ ਰਿਹਾ, ਪਹਿਲਾਂ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਜਿਹੜਾ ਅਸਤੀਫਾ ਦੇ ਕੇ ਦੁਬਾਰਾ ਬਹੁਮਤ ਦੇ ਵਿੱਚ ਜਿਹੜਾ ਸਰਕਾਰ ਬਣਾਈ ਗਈ ਸੀ, ਤਾਂ ਦੂਸਰੀ ਵਾਰ ਕਿਵੇਂ ਲੱਗਦਾ ਹੈਗਾ ਕਿ ਉੱਥੋਂ ਦੀ ਜਿਹੜੀ ਦਿੱਲੀ ਦੇ ਲੋਕਾਂ ਦੀ ਨਬਜ਼ ਹੈਗੀ ਉਹ ਟਟੋਲੀ ਆਮ ਆਦਮੀ ਪਾਰਟੀ ਨੇ, ਕੀ ਲੱਗਦਾ ਕਿ ਜਿਹੜਾ ਫੈਕਟਰ ਹੈ ਕੰਮ ਕਰੂਗਾ? ਦੇਖੋ, ਇਹ ਕੋਈ ਫੈਕਟਰ ਜਾਂ ਕੋਈ ਉਸ ਤਰ੍ਹਾਂ ਦੀ ਜਿਹੜੀ ਕੋਈ ਰਣਨੀਤੀ ਨਹੀਂ ਹੈਗੀ। ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਦਿੱਲੀ ਸਰਕਾਰ ਹੈ ਜਿਹੜੀ, ਪਹਿਲਾਂ ਚਾਹੇ 49 ਦਿਨ ਦੀ ਸਰਕਾਰ ਚਲਾਈ ਸੀ, ਔਰ ਇਸ ਵਾਰ ਤੀਸਰੀ ਵਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਬਣੇ ਨੇ, ਔਰ ਪਿਛਲੇ ਲੰਬੇ ਸਮੇਂ ਤੋਂ ਜਦੋਂ ਵੀ ਕੋਈ ਦਿੱਲੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਕੋਈ ਫੈਸਲਾ ਲਿਆ, ਤਾਂ ਬਕਾਇਦਾ LG ਦੇ ਜ਼ਰੀਏ ਉੱਥੇ ਕਿੰਨੇ ਹੀ ਕੰਮਾਂ ਦੇ ਵਿੱਚ ਜਿਹੜੇ ਅੜਿੱਕੇ ਲਾਏ ਗਏ ਨੇ, ਕਿੰਨੀਆਂ ਰੁਕਾਵਟਾਂ ਜਿਹੜੀਆਂ ਲਾਈਆਂ ਗਈਆਂ ਨੇ, ਪਿਛਲੇ ਸਮੇਂ ਦੇ ਵਿੱਚ LG ਦੀਆਂ ਪਾਵਰਾਂ ਨੇ ਜਿਹੜੀਆਂ ਹੋਰ ਵਧਾ ਦਿੱਤੀਆਂ ਗਈਆਂ ਨੇ, ਸੋ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਉਹ ਅੱਗੇ ਵੱਧਦੇ ਆਏ ਨੇ, ਉਹ ਇਹਨਾਂ ਔਕੜਾਂ ਨੂੰ, ਇਹਨਾਂ ਕਸੌਟੀਆਂ ਨੂੰ ਜਿਹੜਾ ਦਾ ਸਾਹਮਣਾ ਕਰਦੇ ਹੋਏ,
ਦਿੱਲੀ ਦੇ ਲੋਕਾਂ ਲਈ ਜਿਹੜੀਆਂ ਉਹਨਾਂ ਨੇ ਸਹੂਲਤਾਂ ਜਿਹੜੀਆਂ ਸਕੀਮਾਂ ਸ਼ੁਰੂ ਕਰੀਆਂ ਨੇ ਉਹਨਾਂ ਸਕੀਮਾਂ ਦੇ ਉੱਤੇ ਉਹ ਪਹਿਰਾ ਜਿਹੜੇ ਦਿੰਦੇ ਆਏ ਨੇ। ਸੋ ਕੋਈ ਵੀ ਲੀਡਰ ਜਦੋਂ ਕਿ ਅੱਜ ਦਿੱਲੀ ਦੇ ਵਿੱਚ ਕੀ ਅੱਜ ਪੂਰੇ ਮੁਲਕ ਦੇ ਵਿੱਚ ਉਹਨਾਂ ਦੀ ਜਿਹੜੀ ਲੋਕਪ੍ਰਿਯਤਾ ਜਿਹੜੀ ਉਹ ਵੱਧ ਰਹੀ ਹੈ ਔਰ ਲੋਕ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਆ ਬਦਲਾਵ, ਅੱਜ ਦੇਸ਼ ਜਿਹੜਾ ਚਾਹੁੰਦਾ ਜਿਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ 92 MLA ਦੇ ਨਾਲ। ਸੋ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਦੇਸ਼ ਦੇ ਲੋਕ ਤਾਂ ਚਾਹ ਰਹੇ ਨੇ ਪਰ ਜਿਹੜੀ ਦਿੱਲੀ ਦੀ ਭਾਜਪਾ ਸਰਕਾਰ ਹੈ ਉਹ ਕਹਿੰਦੀ ਹੈ ਕਿ ਇਹ ਬੇਈਮਾਨ ਹੈ। ਸੋ ਜਦੋਂ ਕੋਈ ਇਮਾਨਦਾਰੀ ਦੇ ਨਾਲ ਆਪਣੇ ਲੋਕਾਂ ਲਈ ਕੰਮ ਕਰਦਾ, ਆਪਣਾ ਜਿਹੜਾ ਆਪਣੀ ਨਿੱਜੀ ਜ਼ਿੰਦਗੀ ਛੱਡ ਕੇ ਅੱਜ ਲੋਕਾਂ ਦੇ ਲਈ ਤੁਰਿਆ ਹੋਇਆ, ਸੋ ਜੋ ਕਿਸੇ ਵੀ ਆਮ ਇਨਸਾਨ ਦੀ ਆਪਾਂ ਜਿਹੜਾ ਗੱਲ ਕਰ ਲਈਏ ਨਾ ਤਾਂ ਉਸ ਬੰਦੇ ਨੂੰ ਵੀ ਦੁੱਖ ਲੱਗਦਾ। ਸੋ ਅੱਜ ਉਹ ਅੰਦਰੋਂ ਜਿਹੜਾ ਉਹਨਾਂ ਦੀ ਜਿਹੜਾ ਜ਼ਰੂਰ ਇਸ ਚੀਜ਼ ਨੂੰ ਲੈ ਕੇ ਕਿ ਇਹ ਲੋਕ ਨੇ ਜਿਹੜੇ ਉਹਨਾਂ ਨੂੰ ਸਰਟੀਫਿਕੇਟ ਦੇਣ ਲੱਗੇ ਨੇ, ਸੋ ਅੱਜ ਉਹਨਾਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ। ਅੱਜ ਲੋਕਾਂ ਦੇ ਵਿੱਚ ਉਹ ਜਾਣਗੇ ਕਿ ਭਾਈ ਮੈਂ ਜੇ ਤਾਂ ਇਮਾਨਦਾਰ ਹਾਂ ਤਾਂ ਮੈਨੂੰ ਜਿਹੜਾ ਸਾਥ ਦੇ ਦਿਓ, ਮੈਨੂੰ ਸਰਟੀਫਿਕੇਟ ਦੇ ਦਿਓ, ਜੇ ਮੈਂ ਬੇਈਮਾਨ ਹਾਂ ਤਾਂ ਮੈਨੂੰ ਬੇਈਮਾਨੀ ਦਾ ਸਰਟੀਫਿਕੇਟ। ਸੋ ਲੋਕ ਫੈਸਲਾ ਕਰਨਗੇ, ਲੋਕ ਦੱਸਣਗੇ ਕਿ ਅਰਵਿੰਦ ਕੇਜਰੀਵਾਲ ਜੀ ਇਮਾਨਦਾਰ ਨੇ ਜਾਂ ਬੇਈਮਾਨ ਨੇ, ਇਹਨਾਂ ਪਾਰਟੀਆਂ ਦੇ ਸਰਟੀਫਿਕੇਟਾਂ ਦੀ ਸਾਨੂੰ ਜਾਂ ਸਾਡੇ ਲੀਡਰ ਨੂੰ ਕੋਈ ਜ਼ਰੂਰਤ ਨਹੀਂ ਹੈਗੀ। ਪਰ ਜੇ ਗੱਲ ਕਰੀ ਜਾਵੇ ਲੰਮਾ ਸਮਾਂ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਰਹੀ ਹੈਗੀ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਲੋਕ ਫੈਸਲਾ ਕਰਨਗੇ, ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਨਤੀਜੇ ਸੀਗੇ ਉਹ ਬਿਲਕੁਲ ਉਲਟ ਆਏ ਸੀਗੇ। ਜਿਹੜੀਆਂ ਸਾਰੀਆਂ ਸੀਟਾਂ ਦੇ ਉੱਪਰ ਭਾਜਪਾ ਦੀ ਜਿੱਤ ਹੋਈ ਸੀ, ਭਾਵੇਂ ਕਿ ਜਿਹੜਾ ਆਮ ਆਦਮੀ ਪਾਰਟੀ ਸਾਂਝੇ ਰੂਪ ਦੇ ਵਿੱਚ ਅਲਾਇੰਸ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਚੋਣਾਂ ਲੜੀ ਸੀਗੀ। ਪਰ ਹੁਣ ਆਉਣ ਵਾਲੀ ਜਿਹੜੀ ਚੁਣੌਤੀ ਹੈ, ਜਿਵੇਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਚੋਣਾਂ ਨੇ ਉਹ ਨਵੰਬਰ 'ਚ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈਗੀ, ਹਾਲਾਂਕਿ ਚੋਣਾਂ ਫਰਵਰੀ 'ਚ ਹੋਣੀਆਂ ਨੇਗੀਆਂ, ਤਾਂ ਆਉਣ ਵਾਲੀ ਜਿਹੜੀ ਚੁਣੌਤੀ ਹੈ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦਿੱਲੀ ਦੇ ਵਿੱਚ? ਦੇਖੋ ਚੁਣੌਤੀਆਂ ਤਾਂ ਅਸੀਂ ਤਾਂ ਜਿੱਦਣ ਦੇ ਪਾਰਟੀ 'ਚ ਚੱਲਿਆ ਹਰ ਰੋਜ਼ ਸਾਨੂੰ ਪਾਰਟੀ ਨੂੰ ਚੁਣੌਤੀਆਂ ਹੀ ਨੇ। ਅਰਵਿੰਦ ਕੇਜਰੀਵਾਲ ਜੀ ਸਾਡੇ ਦਿੱਲੀ ਦੇ ਮੁੱਖ ਮੰਤਰੀ ਵੀ ਔਰ ਸਾਡੀ ਪਾਰਟੀ ਦੇ ਕਨਵੀਨਰ ਵੀ ਨੇ। ਸੋ ਪਿਛਲੇ 9 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ, ਉਹਨਾਂ ਦੇ ਜੇਲ੍ਹ ਦੇ ਵਿੱਚ ਰਹਿਣ ਦੇ ਬਾਵਜੂਦ ਸਾਡੇ ਜਿਹੜੇ ਪਾਰਟੀ ਦੇ ਜਿਹੜੇ ਜੁਝਾਰੂ ਸਾਥੀ ਨੇ, ਸਾਡੀ ਸਾਰੀ ਟੀਮ ਨੇ ਇਕਜੁੱਟ ਹੋ ਕੇ ਜਿਹੜੀਆਂ ਪਿਛਲੀਆਂ ਚੋਣਾਂ ਤੋਂ ਆਪਣੇ ਲੀਡਰ ਤੋਂ ਬਿਨਾਂ ਅਸੀਂ ਜਿਹੜੀ ਉਹ ਚੋਣ ਆ ਜਿਹੜੀ ਲੜੀ ਆ, ਸੋ ਸਾਰੇ ਜਿਹੜਾ ਉਹਨੂੰ ਚਲਾਇਆ। ਪਰ ਜਦੋਂ ਤੁਹਾਡਾ ਆਗੂ ਜਿਹੜਾ ਤੁਹਾਡਾ ਲੀਡਰ ਹੈ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤਾਂ ਉਹਦਾ ਕੀ ਕਾਰਨ ਕੀ ਹੈ? ਕੋਈ ਜਿਹੜੀ ਚੀਜ਼ ਹੈ, ਜਾਂ ਤਾਂ ਜਿਹੜੇ ਉਹਨਾਂ 'ਤੇ ਐਲੀਗੇਸ਼ਨ ਲੱਗੇ ਨੇ ਉਹਨਾਂ ਨੂੰ ਪਰੂਫ ਕਰ ਦੇਣ, ਨਹੀਂ ਕਰ ਸਕਦੇ ਤਾਂ ਸਿਰਫ ਅਤੇ ਸਿਰਫ ਇਸ ਤੋਂ ਜਿਹੜਾ ਸਾਫ ਜਿਹੜਾ ਜ਼ਾਹਿਰ ਹੁੰਦਾ ਕਿ ਜਿਹੜੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਲੋਕਪ੍ਰਿਯਤਾ ਉਹਦੇ ਤੋਂ ਭਾਜਪਾ ਜਿਹੜੀ ਘਬਰਾਈ ਹੋਈ ਹੈ, ਜਿਹਦੇ ਕਰਕੇ ਲਗਾਤਾਰ ਕਦੇ CBI ਕਦੇ ED ਕਦੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ED ਅਤੇ ਜਿਹੜੇ CBI ਆ ਉਹ ਤੋਤੇ ਦੀ ਤਰ੍ਹਾਂ ਸਰਕਾਰ ਲਈ ਕੰਮ ਕਰਦੀ ਆ। ਸੋ ਇੱਦੋਂ ਉੱਪਰ ਦੀ ਕੀ ਹੋ ਸਕਦਾ ਕਿ ਅੱਜ ਦੇਸ਼ ਦੀ ਜਿਹੜੀ ਜੁਡੀਸ਼ਰੀ ਹੈ, ਜਿਹੜੀ ਸੁਪਰੀਮ ਕੋਰਟ ਹੈ, ਉਹ ਇਹ ਅੱਜ ਉੱਥੇ ਜਿਹੜੀ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਆ। ਸੋ ਉੱਥੋਂ ਸਾਫ਼ ਜ਼ਾਹਿਰ ਹੁੰਦਾ ਕਿ ਸਿਰਫ ਅਤੇ ਸਿਰਫ ਆਮ ਆਦਮੀ ਪਾਰਟੀ ਨੂੰ ਰੋਕਣ ਲਈ, ਅਰਵਿੰਦ ਕੇਜਰੀਵਾਲ ਜੀ ਨੂੰ ਰੋਕਣ ਲਈ ਜਿਹੜਾ ਇਹ ਸਾਰਾ ਕੁਝ ਜਿਹੜਾ ਪ੍ਰੋਪੋਗੰਡਾ ਜਿਹੜਾ ਇਹਨਾਂ ਨੇ ਰਚਿਆ ਹੋਇਆ। ਪਰ ਅਰਵਿੰਦ ਕੇਜਰੀਵਾਲ ਜੀ ਇੱਕ ਰੀਅਲ ਲੀਡਰ ਨੇ, ਅੱਜ ਉਹ ਲੋਕ ਜਿਹੜੇ ਉਹਨਾਂ ਨੂੰ ਚਾਹੁੰਦੇ ਆ, ਔਰ ਈਵਨ ਜਿੱਥੇ ਅੱਜ ਉਹਨਾਂ ਨੇ ਆਪਣੇ ਲੋਕਾਂ ਲਈ ਜਿਹੜਾ ਆਮ ਆਦਮੀ ਦੇ ਲਈ ਜਿਹੜੇ ਕੰਮ ਕੀਤੇ ਆ, ਸਕੀਮਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ, ਉੱਥੇ ਹੀ ਮੈਂ ਕਹਿੰਦੀ ਹਾਂ ਕਿ ਉਹ ਜਿਹੜੇ ਦੇਸ਼ ਦੇ ਜਿਹੜੇ ਭਾਰਤ ਦੇ ਜਿਹੜੇ ਨੌਜਵਾਨ ਨੇ, ਜਿਹੜੇ ਕਿ ਰਾਜਨੀਤੀ ਤੋਂ ਕਿਨਾਰਾ ਕਰਦੇ ਸੀ, ਨਫ਼ਰਤ ਕਰਦੇ ਸੀ, ਮੈਂ ਉਹਨਾਂ ਦੇ ਵਿੱਚੋਂ ਹੀ ਹਾਂ। ਸੋ ਸਾਡੇ ਵਰਗੇ ਜਿਹੜੇ ਸੈਂਕੜੇ ਲੱਖਾਂ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੂੰ ਰਾਜਨੀਤੀ ਦੇ ਨਾਲ ਜੋੜਿਆ ਅਤੇ ਆਪਣੇ ਲੋਕਾਂ ਲਈ, ਆਪਣੇ ਦੇਸ਼ ਲਈ ਜਿਹੜੀ ਮਰ ਮਿਟਣ ਦੀ ਜਿਹੜੀ ਅੱਜ ਉਹ ਸੋਚ ਹੈ ਜਿਹੜੀ ਸਾਡੇ ਚਾਹੇ ਸ਼ਹੀਦਾਂ ਦੀ ਆ, ਸੋ ਉਹਦੇ ਉੱਤੇ ਪਹਿਰਾ ਦਿੰਦੇ ਹੋਏ ਉਹਨਾਂ ਨੇ ਆਪਣੇ ਨਾਲ ਜੋੜਿਆ। ਔਰ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਜਿਹੜਾ ਇਹ ਫੈਸਲਾ ਲਿਆ, ਬਹੁਤ ਵੱਡਾ ਦਲੇਰਾਨਾ ਜਿਹੜਾ ਫੈਸਲਾ ਲਿਆ, ਔਰ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਇੱਕ ਵਰਕਰ ਤੋਂ ਲੈ ਕੇ, ਅੱਜ ਹਰ ਇੱਕ ਕਾਰਿਆਕਰਤਾ ਤੋਂ ਲੈ ਕੇ ਹਰ ਇੱਕ ਬੰਦਾ ਜਿਹੜਾ ਇਨਸਾਫ਼
ਪਸੰਦ ਬੰਦੇ ਨੇ ਜਿਹੜੇ ਇਮਾਨਦਾਰੀ ਦੇ ਨਾਲ ਆਪਣੇ ਸੁਸਾਇਟੀ ਲਈ ਆਪਣੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਜ਼ਰੂਰ ਅੱਜ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਕੱਦ ਆ ਉਹ ਹੋਰ ਵੱਡਾ ਹੋਇਆ। ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿਧਾਇਕਾਂ ਦੇ ਅਤੇ ਕੈਬਨਿਟ ਮੰਤਰੀਆਂ ਦੀਆਂ ਡਿਊਟੀਆਂ ਨੇ ਜਿਹੜੀਆਂ ਉਹ ਹਰਿਆਣਾ ਚੋਣਾਂ 'ਚ ਲਗਾਈਆਂ ਗਈਆਂ ਨੇ, ਤਾਂ ਕਿਵੇਂ ਲੱਗਦਾ ਹੈਗਾ ਕਿ ਹਰਿਆਣਾ ਚੋਣਾਂ ਦੇ ਵਿੱਚ ਅਲਾਇੰਸ ਨਹੀਂ ਬਣ ਪਾਇਆ, ਸਾਰੀਆਂ ਸੀਟਾਂ 'ਤੇ ਪਾਰਟੀ ਜਿਹੜੀ ਚੋਣਾਂ ਲੜ ਰਹੀ ਹੈ, ਤਾਂ ਤੁਹਾਡੀ ਵੀ ਜਿਹੜੀ ਡਿਊਟੀ ਲੱਗੀ ਹੈ ਤਾਂ ਕਿਵੇਂ ਦੇਖਦੇ ਹੋ ਕਿ ਕਿਸ ਹਾਲਤ ਦੇ ਵਿੱਚ ਹੈਗੀ ਹਰਿਆਣਾ ਦੇ ਵਿੱਚ ਪਾਰਟੀ? ਦੇਖੋ ਜਿਹੜੀ ਹਰਿਆਣਾ ਦੀ ਜੇ ਮੈਂ ਗੱਲ ਕਰਾਂ ਤਾਂ ਹਰਿਆਣਾ ਜਿਹੜਾ ਪੰਜਾਬ ਦਾ ਛੋਟਾ ਭਰਾ ਜਿਵੇਂ ਕਿਹਾ ਜਾਂਦਾ ਕਿ ਔਰ ਹਰਿਆਣੇ, ਅਸੀਂ ਅੱਜ ਦਿੱਲੀ ਅਤੇ ਪੰਜਾਬ ਦੇ ਜਿਹੜੇ ਕੰਮਾਂ ਦੀ ਗੱਲ ਕਰਦੇ ਹਾਂ, ਔਰ ਅੱਜ ਹਰਿਆਣਾ ਦੇ ਲੋਕ ਨੇ ਜਿਹੜੇ ਬੜੀ ਚੰਗੀ ਤਰ੍ਹਾਂ ਅੱਜ ਦਿੱਲੀ ਦੇ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੇਖ ਰਹੇ ਨੇ, ਅੱਜ ਪੰਜਾਬ ਦੇ ਵਿੱਚ ਸਰਕਾਰ ਦੇ ਜਿਹੜੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਲੋਕਾਂ ਲਈ ਜਿਹੜੇ ਕੰਮ ਕਰ ਰਹੇ, ਸੋ ਉਹਨਾਂ ਚੀਜ਼ਾਂ ਨੂੰ ਜਿਹੜਾ ਦੇਖ ਰਹੇ ਆ, ਔਰ ਸਾਨੂੰ ਆਸ ਹੈ ਕਿ ਅਸੀਂ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਨੇ ਅੱਜ ਉਹ ਹਰਿਆਣੇ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਜਿਹੜੀਆਂ ਦੱਸਾਂਗੇ, ਔਰ ਹਰਿਆਣੇ ਦੇ ਲੋਕ ਨੇ ਜਿਹੜਾ ਇੱਕ ਬਦਲਾਵ ਦੇ ਲਈ ਜਿਹੜਾ ਉਹ ਤਿਆਰ ਬੈਠੇ ਆ, ਕਿਉਂਕਿ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਦੇਸ਼ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲਿਆ ਤਾਂ ਉਹ ਇੱਕ ਜਿਹੜੀ ਸਾਫ਼ ਤਸਵੀਰ ਸੀ ਕਿ ਹਰਿਆਣੇ ਦਾ ਰੋਲ ਉਹਦੇ ਵਿੱਚ ਜਿਹੜਾ ਸਰਕਾਰ ਦਾ ਭਾਜਪਾ ਦਾ ਰੋਲ ਕੀ ਰਿਹਾ, ਔਰ ਆ ਹੁਣ ਜਦੋਂ ਪਿੱਛੇ ਜਿਹੜੇ ਗਏ ਸੀਗੇ ਸੋ ਸੜਕਾਂ ਦੇ ਉੱਤੇ ਕਿੱਲ ਲਾ ਦਿੱਤੇ ਗਏ, ਸੋ ਇਹ ਇੱਕ ਇੱਦਾਂ ਦਾ ਜਿਹੜਾ ਮਾਹੌਲ ਜਿਹੜਾ ਆਪਣੇ ਮੁਲਕ ਦੀ ਜਿਹੜੇ ਲੋਕਾਂ ਦੇ ਨਾਲ ਜਿਹੜਾ ਕੀਤਾ ਜਾਂਦਾ, ਇਹ ਜਿਹੜੀ ਭਾਜਪਾ ਦੀ ਜਿਹੜੀ ਸੌੜੀ ਜਿਹੜੀ ਰਾਜਨੀਤੀ ਆ ਅਤੇ ਉਹਨਾਂ ਦੀ ਘਟੀਆ ਜਿਹੜੀ ਪਲਾਨਿੰਗ ਆ ਉਹ ਜਿਹੜੀ ਲੋਕਾਂ ਦੇ ਵਿੱਚ ਜਿਹੜੀ ਜੱਗ ਜ਼ਾਹਰ ਹੁੰਦੀ ਆ, ਸੋ ਮੈਨੂੰ ਉਮੀਦ ਆ ਕਿ ਹਰਿਆਣਾ ਦੇ ਲੋਕ ਨੇ ਜਿਹੜੇ ਅੱਜ ਹਰਿਆਣਾ ਦੇ ਵਿੱਚ ਭਾਜਪਾ ਨੂੰ ਨਕਾਰ ਕੇ ਅੱਜ ਆਮ ਆਦਮੀ ਪਾਰਟੀ ਨੂੰ ਜਿਹੜਾ ਉੱਥੇ ਸਾਥ ਦੇ। ਸੋ ਇਸ ਸਨ ਸਾਡੇ ਨਾਲ ਨਰਿੰਦਰ ਕੌਰ ਭਰਾ ਅੱਜ ਫਿਲਹਾਲ, ਹੁਣ ਦੇਖਣਾ ਹੋਵੇਗਾ ਕਿਉਂਕਿ ਆਸੀ ਸਿੰਘ ਨਵੇਂ ਦੇ ਦਿੱਲੀ ਦੇ ਮੁੱਖ ਮੰਤਰੀ ਹੋਣਗੇ ਤਾਂ ਇਸ ਤੋਂ ਬਾਅਦ ਪਾਰਟੀ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਹੈਗੀ ਦਿੱਲੀ ਚੋਣਾਂ ਨੂੰ ਲੈ ਕੇ ਬਣਾਉਂਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਮੂਹਰੇ ਜਿਹੜਾ ਹਰਿਆਣਾ ਚੋਣਾਂ ਦਾ ਵੀ ਇੱਕ ਵੱਡਾ ਚੈਲੰਜ ਹੈ, ਸਾਰੀਆਂ ਜਿਹੜਾ ਸੀਟਾਂ ਦੇ ਉੱਪਰ ਪਾਰਟੀ ਚੋਣਾਂ ਲੜ ਰਹੀ ਹੈਗੀ। ਪੰਜਾਬ ਤੱਕ ਤੋਂ ਕੁਲਵੀਰ ਸਿੰਘ, ਸੰਗਰੂਰ।